ਪਿਛਲੇ ਕਈ ਦਿਨਾਂ ਤੋਂ ਪੈਰੀ ਪਸਾਨ ਕਰਕੇ ਤੁਸੀਂ ਦੇਖ ਸਕਦੇ ਹੋ ਗਰਦਾਸਪੁਰ ਜ਼ਿਲ੍ਹੇ ਦੇ ਕਾਦੀ ਹਲਕੇ ਦੇ ਪਿੰਡ ਨਨੋਵਾਲ ਜਿੰਦੜ ਜਿਹੜੀ ਕਣਕਾਂ ਦੀ ਜਿਹੜੀ ਫਸਲ ਹੈ ਇਸ ਪਿੰਡ ਜੇ ਪਹੁੰਚਿਆ ਵੀ ਅਲੱਗ-ਅਲੱਗ ਜਿਹੜੇ 8 ਤੋਂ 10 ਪਿੰਡ ਆ ਇਹਨਾਂ ਪਿੰਡਾਂ ਵਿੱਚ ਨਨੋਵਾਲ ਕਲਾ ਨਨੋਵਾਲ ਜਿੰਦੜ ਕਈ ਇਹ ਪਿੰਡ ਨੇ ਜਿਹੜੇ 8 ਤੋਂ 10 ਪਿੰਡ ਇਹਨਾਂ ਦੀ ਕਣਕ ਜਿਹੜੀ ਪੂਰੀ ਤਰ੍ਹਾਂ ਵਿਛ ਚੁੱਕੀ ਆ ਔਰ ਤੁਸੀਂ ਦੇਖ ਸਕਦੇ ਹੋ ਵੀ ਕਣਕ ਵੇਸ਼ਨ ਕਰਕੇ ਪਿਛਲੇ ਚਾਰ ਬੰਦਾਂ ਤੋਂ ਬਰਸਾਨ ਪੈਰੀ ਕਣਕ ਕਣ ਕਿਸਾਨਾਂ ਦਾ ਭਾਈਚਾਰਾ ਪੁੱਤਾਂ ਦਾ ਜਿਹੜੀ ਕਿਸਾਨਾਂ ਫਸਲ ਪਾਲੀ ਔਰ ਦੇਖੋ ਤੁਸੀਂ ਦੇਖਦੇ ਹੋ ਥੱ ਵੀ ਜਿਹੜੀ ਫਸਲ ਆ ਇਹਦਾ ਕਾਫੀ ਭਾਰੀ ਨੁਕਸਾਨ ਹੋ ਚੁੱਕਾ ਔਰ ਕਿਸਾਨ ਪਹਿਲਾਂ ਵੀ ਆਰਥਿਕ ਜਿਹੜੀ ਮਾਰ ਝੱਲ ਰਿਹਾ ਕਿਉਂਕਿ ਪਹਿਲਾਂ ਵੀ ਕਿਸਾਨ ਕਰਜ਼ਾਈ ਨੇ ਔਰ ਕਈ ਵਾਰੀ ਫਸਲਾਂ ਪਿਛਲੇ ਸਾਲਿਆਂ ਦੀ ਖਰਾਬ ਹੋ ਗਈਆਂ ਔਰ ਖਾਸ ਕਰਕੇ ਬੇੜ ਦਾ ਇਲਾਕਾ ਆ ਇਹਨਾਂ ਦੀ ਪਹਿਲਾਂ ਵੀ ਫਸਲਾਂ ਖਰਾਬ ਹੁੰਦੀਆਂ ਆਈਆਂ ਨੇ ਉਹ ਸਾਡੇ ਨਾਲ ਇੱਥੇ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੀ ਜਿਹੜੀ ਫਸਲ ਤੁਹਾਡੀ ਖਰਾਬ ਹੋ ਗਈ ਹੈ ਉਹਨਾਂ ਦਾ ਲਗਭਗ ਕਿੰਨਾ ਕਿ ਨੁਕਸਾਨ ਆ ਚੁੱਕਿਆ ਹੈ ਔਰ ਤੁਸੀਂ ਸਰਕਾਰ ਕੋਲੋਂ ਕੀ ਚਾਹੁੰਦੇ ਹੋ ਹਾਂਜੀ ਭਾਈ ਸਾਡਾ ਪਿੰਡ ਨੰਨੌਲ ਕਲਾ ਜੀ ਸਾਡੇ ਜਿਹੜੀ ਆ ਤਕਰੀਬਨ 1150 ਜਿੱਥੇ ਸਾਡੀ ਜਮੀਨ ਸਾਡੀ ਜਿਹੜਾ ਉਹ 50% ਤੋਂ ਵੱਧ ਜਿਹੜਾ ਨੁਕਸਾਨ ਹੋ ਗਿਆ ਜੀ 1 ਏਕੜ ਦੇ ਤਕਰੀਬਨ 15 18000 ਰੁਪਈਆ ਬਜਾਈ ਤੋਂ ਲੈ ਕੇ ਹੁਣ ਤੱਕ ਸਾਡਾ ਖਰਚ ਆਇਆ ਅਜੇ ਵढਾਈ ਜਿਹੜੀ ਹੈ ਸਾਡੀ ਉਹ ਦੁੱਗਣੀ ਜਾਣੀ ਆ ਮਸ਼ੀਨਾਂ ਵਾਲਿਆਂ ਨੇ ਜਿਹੜਾ ਬਹੁਤ ਮਿਹਨਤ ਨਾਲ ਜਿਹੜਾ ਵੜਣਾ ਇਹਨੂੰ ਉਹਨਾਂ ਨੇ ਆਪਣੇ ਰੇਟ ਜਿਹੜੇ ਦੁੱਗਣੇ ਕਰ ਦੇਣੇ ਆ ਇਸ ਕਰਕੇ ਸਾਡੇ ਪੱਲੇ ਕੁਛ ਨਹੀਂ ਪੈਣਾ ਪਿਛਲੇ ਸਾਲ ਵੀ ਸਾਡਾ ਇਹੋ ਹਾਲ ਹੀ ਇਸ ਵਾਰ ਫੇਰ ਇਹੋ ਹਾਲ ਆ ਪਿਛਲੇ ਸਾਲ ਦੀ ਸਪੈਸ਼ਲ ਗਰਦੌਰੀ ਕਰਵਾਈ ਸੀ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਆਰ ਕਾਫੇਰ ਆਪਾਂ ਸਰਕਾਰ ਤੋਂ ਇਹੋ ਮੰਗ ਕਰਦੇ ਆ ਸਾਡੀ ਸਪੈਸ਼ਲ ਗਰਦੌਰੀ ਕਰਕੇ ਤੇ ਸਾਨੂੰ ਜਿਹੜਾ ਜੋਗ ਮਵਜਾਹ ਦਿੱਤਾ ਜਾਵੇ ਇਹ ਸਰ ਕਿਸਾਨਾਂ ਕੋਲ ਜਿਹੜੇ ਕਹਿੰਦੇ ਕਿ ਪਸਾਂ ਜਿਹੜੇ ਕਿਸਾਨ ਵਿੱਚ ਜਿਹੜਾ ਸਪੈਸ਼ਲ ਗਰਦੌਰੀ ਕੀਤੀ ਹੈ ਸਾਡੇ ਕੋਈ ਕਿਸਾਨ ਹੋਰੀ ਮੌਜੂਦ ਹੈ ਹਾਂਜੀ ਭਾਜੀ ਕੀ ਮੰਗ ਕਰ ਰਹੇ ਸਰਕਾਰ ਕੋ ਸਰਕਾਰ ਕੋ ਮੰਗ ਹੈ ਇਹੀ ਹੈ ਜੀ ਜੋ ਸਾਡਾ ਨੁਕਸਾਨ ਹੋਇਆ ਵਾ ਇਹਦੇ ਗਰਦੌਰੀ ਕਰਵਾ ਕੇ ਤੇ ਜੋ ਬੰਦਾ ਮਵਜਾਹ ਹੋ ਦਿੱਤਾ ਜਾਏ ਕਿਸਾਨ ਤਾਂ ਪਹਿਲੇ ਹੀ ਥੱਲੇ ਲੱਗ ਚੁੱਕਾ ਆ ਤੇ ਇਸ ਕਰਕੇ ਕਾਫੀ ਨੁਕਸਾਨ ਜ਼ਿਆਦਾ ਹੀ ਹੋ ਗਿਆ ਵਾ ਜਦੋਂ ਕਿਸਾਨ ਤਾਂ ਨਹੀਂ ਉੱਠ ਸਕਦਾ ਹੁਣ ਜੀ ਇਸ ਮਾਰ ਦਾ ਮਾਰਿਆ ਨਹੀਂ ਉੱਠ ਸਕਦਾ ਸਾਡੇ ਨਾਲ ਨੌਜਵਾਨ ਕਿਸਾਨ ਮੌਜੂਦ ਹੈ ਹਾਂ ਜੀ ਭਾਜੀ ਇਹ ਤੁਸੀਂ ਨੌਜਵਾਨ ਕਿਸਾਨ ਹੋ ਤੁਸੀਂ ਖੇਤੀਬਾੜੀ ਕਰਦੇ ਹੋ ਕਿੰਨਾ ਕ ਨੁਕਸਾਨ ਤੁਸੀਂ ਚਲਦੇ ਹੋ ਵੀ ਕੀ ਸੋਚਦੇ ਹੋ ਇਹ ਨੁਕਸਾਨ ਤਾਂ ਬਹੁਤ ਹੋ ਗਿਆ ਜੀ ਕਈ ਜਗ੍ਹਾ ਤੇ ਜਦੋਂ ਆਪਣੀ ਫਸਲਾਂ ਹੀ ਵੇਖਦੇ ਆਂ ਵੀ 100% ਹੀ ਨੁਕਸਾਨ ਹੋ ਗਿਆ ਤੇ ਸਾਡਾ ਪਿਛਲੀ ਵਾਰ ਵੀ ਜਦੋਂ ਪਿਛਲੀ ਵਾਰ ਕਣਕ ਦੀ ਫਸਲ ਹੀ ਤੇ ਗਰਮੀ ਦੇ ਕਾਰਨ ਕਣਕ ਸੁੱਕ ਗਈ ਤੇ ਚਾਰ-ਚਾਰ ਕਿੱਲੇ ਵਿੱਚੋਂ ਇੱਕ-ਇੱਕ ਬੋਗੀ ਕਣਕ ਦੀ ਹੋਈ ਸੀ ਕੁਝ ਨਹੀਂ ਆਇਆ ਤੇ ਜਦੋਂ ਝੋਨੇ ਦੀ ਫਸਲ ਆਈ ਤਾਂ ਚੀਨੀ ਵਾਇਰਸ ਆ ਗਿਆ ਤੇ ਸਾਰਾ ਝੋਨਾ ਵੀ ਸਾਡੇ ਏਰੀ ਸਾਨੂੰ ਉਹਦਾ ਬਾਅਦ ਵੀ ਗਰਦੌਰੀ ਵੀ ਹੋਈ ਫਿਰ ਵੀ ਕੁਝ ਨਹੀਂ ਮਿਲਿਆ ਇਸ ਵਾਰ ਫੇਰ ਕਣਕ ਦੀ ਵੀ ਮਾਰ ਪੈ ਗਈ ਇਸ ਵਾਰ ਤਾਂ ਸਾਡੇ ਤੋਂ ਕਾਂਜੋਗੀਆਂ ਕਣਕਾਂ ਵੀ ਬਹੁਤ ਮੁਸ਼ਕਲ ਆ ਡੰਗਰਾਂ ਵਾਸਤੇ ਚਾਰਾ ਨਹੀਂ ਗਾਂ ਇਹ ਕਣਕ ਦੀ ਤੂੜੀ ਨਹੀਂ ਬਾਨੀ ਵਿੱਚ ਮਿੱਟੀ ਆਏਗੀ ਬਹੁਤ ਜ਼ਿਆਦਾ ਨੁਕਸਾਨ ਆਇਆ ਤੇ ਕਹਿੰਦੇ ਆ ਜੇ ਸਰਕਾਰ ਗਰਦੌਰੀ ਕਰਦੀ ਤੇ ਮੁਆਵਜ਼ਾ ਜ਼ਰੂਰ ਦਵੇ ਪਰ ਹਰ ਵਾਰ ਸਰਕਾਰ ਇਹੋ ਹੁੰਦਾ ਵੀ ਗਰਦੌਰੀ ਤਾਂ ਕਰਵਾ ਦਿੰਦੀ ਜਾਂਦੀ ਨਾਂ ਦੀ ਪਰ ਕਿਸਾਨਾਂ ਤੱਕ ਮੁਆਵਜ਼ਾ ਨਹੀਂ ਪਹੁੰਚਦਾ ਤੁਸੀਂ ਸੋਚੋ ਵੀ ਕਿੰਨਾ ਕੁ ਨੁਕਸਾਨ ਗੈਂਦੇ ਹੋ ਵੀ ਕਿੰਨਾ ਕੁ ਖਰਚੇ ਸੀ ਹੁੰਦਾ ਕਿੰਨਾ ਨੁਕਸਾਨ ਹੋ ਗਿਆ ਅਹੀਂ ਦੀ ਹੁਣ ਤੱਕ तकरीबन 15 ਤੋਂ 20000 ਦੇ ਵਿੱਚ ਵਿੱਚ ਤੱਕ ਹੁਣ ਤੱਕ ਖਰਚ ਕਰ ਚੁੱਕੇ ਆ ਸਾਰਾ ਖਰਚ ਹੋ ਗਿਆ ਲਾਸਟ ਹੁਣ ਤੇ 5 10 ਤਰੀਕ ਨੂੰ ਬਾਢੀ ਪੈ ਰਹੀ ਸੀ ਇੱਥੇ ਹੁਣ ਤੇ ਖਰਚਾ ਪੂਰਾ ਹੋ ਗਿਆ ਹੁਣ ਸਿਰਫ ਫਸਲ ਆਉਣੀ ਹੀ ਮੰਡੀ ਦੇ ਵਿੱਚ ਸਾਰਾ ਕੁਝ ਪਰ ਉਹ ਪੂਰਾ ਬਰਬਾਦ ਹੋ ਗਿਆ ਨੂੰ ਕਰਕੇ ਤੁਸੀਂ ਦੇਖੋ ਜੇ ਮੇਰੇ ਪਿੱਛੇ ਵੀ ਇਹ ਜਿਹੜੀ ਫਸਲ ਦੂਰ ਤੱਕ ਜਿਹੜੀ ਫਸਲ ਵਿਸ਼ੀ ਹੋਈ ਹੈ ਤੌਰ ਕਰੀਬ ਇਹ ਜਿਹੜੇ ਪਿੰਡ ਨੇ ਕਾਦੀਆਂ ਹਲਕੇ ਦੇ ਕਾਣਾ ਪਿੰਡਾਂ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਭਾਰੀ ਨੁਕਸਾਨ ਹੋਇਆ ਔਰ ਕਿਸਾਨ ਇੱਥੇ ਨੂੰ ਲਾ ਕੇ ਪਰੇਸ਼ਾਨ ਨੇ ਵੀ ਸਾਡੇ ਕਿਦਾਂ ਆਪਣੇ ਪਰਿਵਾਰ ਦਾ ਜਿਹੜਾ ਆਰਥਿਕ ਤੌਰ ਤੇ ਪਰਪਾਈ ਕਰ ਸਕਣਗੇ ਔਰ ਕਿਦਾਂ ਗੁਜ਼ਾਰਾ ਕਰ ਸਕਣ ਕਿਉਂਕਿ ਸਾਰਿਆਂ ਨੇ ਆਪੋ ਆਪਣੇ ਖਰਚੇ ਹੁੰਦੇ ਨੇ ਇਹਨਾਂ ਦੇ ਫਸਲਾਂਾਂ ਤੇ ਕਾਫੀ 10 ਤੋਂ 15 ਹਜ਼ਾਰ ਖਰਚਾ ਚੱਲ ਚੁੱਕਾ ਔਰ ਇਹ ਸਰਕਾਰ ਕੋ ਮੰਗ ਕਰ ਰਹੀ ਵੀ ਹਰ ਵਾਰੀ ਫਸਲ ਜਦੋਂ ਖਰਾਬ ਹੁੰਦੀ ਹੈ ਗਰਦੌਰੀਆਂ ਕੀਤੀ ਜਾਂਦੀਆਂ ਲੇਕਿ ਕਸਾਨ ਆਪਣੇ ਫੇਰ ਪੈਰਾਂ ਸੇ ਲਾ ਕੇ ਆਪਣੀ ਅਗਲੇ ਕੰਮ ਕਰ ਸਕਣ ਪੰਜਾਬ ਤੱਕ ਲਈ ਪੰਡਿਆ ਦੇ ਹਲਕੇ ਪਿੰਡ ਅਨਵਾਲ ਤੋਂ ਬਸ਼ੰਮਰ ਬਿੱਟੂ